ਕਰਦੀ ਇਲੈਕਸ਼ਨ ਵਾਸਤੇ। ਇਹ ਸਾਫ ਜ਼ਾਹਰ ਹੋ ਰਿਹਾ ਕਿ ਝੂਠ ਬੋਲ ਰਹੇ ਆ। ਪਰ ਵੈਸੇ ਵੀ ਬਿਕਰਮਜੀਤ ਸਿੰਘ ਮਜੀਠੀਆ ਨੇ 10 ਸਾਲ ਸ਼ਰਾਬ ਦਾ ਕਾਰੋਬਾਰ ਡਟ ਕੇ ਪੰਜਾਬ 'ਚ ਕੰਟਰੋਲ ਕੀਤਾ। ਇਹਨਾਂ ਨੂੰ ਬਿਹਤਰ ਕੋਈ ਨਹੀਂ ਜਾਣਦਾ। ਗੁਰਦਾਸਪੁਰ ਦੇ ਕੱਥੂ ਨੰਗਲ 'ਚ ਬੀਤੇ ਦਿਨੀ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਖੁਦ ਸ਼ਰਾਬ ਦਾ ਟਰੱਕ ਫੜਨ ਦੇ ਮਾਮਲੇ 'ਚ ਸਾਬਕਾ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮਜੀਠੀਆ ਨੂੰ ਕਰਾਰਾ ਜਵਾਬ ਦਿੱਤਾ ਹੈ। ਦਰਅਸਲ ਮਜੀਠੀਆ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਸ਼ਰਾਬ ਸੁਨੀਲ ਜਾਖੜ ਵੱਲੋਂ ਵੋਟਰਾਂ ਨੂੰ ਵੰਡਣ ਲਈ ਰਾਣਾ ਸ਼ੂਗਰ ਦੇ ਟਰੱਕ 'ਚ ਭਰ ਕੇ ਮੰਗਵਾਈ ਗਈ ਸੀ। ਜਿਸ ਤੋਂ ਬਾਅਦ ਹੁਣ ਰਾਣਾ ਗੁਰਜੀਤ ਸਿੰਘ ਨੇ ਆਪਣੇ ਫੇਸਬੁੱਕ ਪੰਨੇ ਤੇ ਇੱਕ ਵੀਡੀਓ ਸਾਂਝੀ ਕਰਕੇ ਮਜੀਠੀਆ ਨੂੰ ਨਿਸ਼ਾਨੇ 'ਤੇ ਲਿਆ। ਰਾਣਾ ਨੇ ਕਿਹਾ ਕਿ ਮਜੀਠੀਆ ਗੁਰੂ ਘਰ ਵੱਲ ਹੱਥ ਕਰਕੇ ਸ਼ਰੇਆਮ ਝੂਠ ਬੋਲ ਰਿਹਾ ਹੈ, ਜਦਕਿ ਮਜੀਠੀਆ ਖੁਦ ਇੱਕ ਸ਼ਰਾਬ ਦਾ ਵੱਡਾ ਕਾਰੋਬਾਰੀ ਰਿਹਾ। ਦੋਸਤੋ, ਅੱਜ ਮੈਂ ਨਾ ਬਿਕਰਮ ਮਜੀਠੀਆ ਜੀ ਵੱਲੋਂ ਰਿਲੀਜ਼ ਕੀਤੀ ਗਈ ਵੀਡੀਓ ਜਿਹੜੀ ਵਾਇਰਲ ਹੋ ਰਹੀ ਉਹ ਦੇਖ ਰਿਹਾ ਸੀਗਾ ਕਿ ਰਾਣਾ ਸ਼ੂਗਰ ਦਾ ਟਰੱਕ ਸ਼ਰਾਬ ਨਾਲ ਭਰਿਆ ਰੋਕਿਆ ਗਿਆ ਔਰ ਗੁਰਦੁਆਰਾ ਸਾਹਿਬ ਨੂੰ ਹੱਥ ਕਰਕੇ ਬਾਬਾ ਬੁੱਢਾ ਸਾਹਿਬ ਦੇ ਕੱਥੂ ਨੰਗਲ ਇੱਕ ਅਕਾਲੀ ਲੀਡਰ ਝੂਠ ਬੋਲੇ ਔਰ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀ ਨਾ, ਮੈਂ ਇਹਨਾਂ ਨੂੰ ਬਹੁਤ ਸਟੱਡੀ ਕੀਤਾ ਆ। ਵਿਧਾਨ ਸਭਾ 'ਚ ਵੀ ਜੇ ਝੂਠ ਬੋਲਦੇ ਪਤਾ ਲੱਗ ਜਾਂਦਾ। ਇਹ ਵੀਡੀਓ ਵਾਇਰਲ ਕੀਤੀ ਜਿਹੜੀ, ਇਹ ਸਾਫ ਜ਼ਾਹਰ ਹੋ ਰਿਹਾ ਕਿ ਝੂਠ ਬੋਲ ਰਹੇ ਆ। ਔਰ ਵੈਸੇ ਵੀ ਬਿਕਰਮਜੀਤ ਸਿੰਘ ਮਜੀਠੀਆ ਨੇ 10 ਸਾਲ ਸ਼ਰਾਬ ਦਾ ਕਾਰੋਬਾਰ ਡਟ ਕੇ ਪੰਜਾਬ 'ਚ ਕੰਟਰੋਲ ਕੀਤਾ। ਇਹਨਾਂ ਨੂੰ ਬਿਹਤਰ ਕੋਈ ਨਹੀਂ ਜਾਣਦਾ ਕਿ ਇਹ ਜਾਇਜ਼ ਹੈ ਜਾਂ ਨਜਾਇਜ਼ ਆ। ਵੇਖੋ, ਪਹਿਲੀ ਗੱਲ ਤਾਂ ਜਿਹੜਾ ਟਰੱਕ ਹੈ ਉਹ ਡਿਪਾਰਟਮੈਂਟ ਨੂੰ ਰੋਕਣਾ ਚਾਹੀਦਾ। ਇਹਨਾਂ ਕੋਈ ਰਾਈਟ ਨਹੀਂ ਕਿ ਟਰੱਕ ਰੋਕਣ। ਚਲੋ ਜੇ ਰੋਕ ਵੀ ਲਿਆ ਤਾਂ ਪਰਮਿਟ ਹੈ ਟਰੱਕ ਨੰਬਰ 1 ਦਾ, ਡਰਾਈਵਰ ਦੱਸ ਰਿਹਾ ਕਿ ਮੈਂ ਇਹਨੂੰ ਡੰਪ 'ਤੇ ਲੈ ਕੇ ਜਾ ਰਿਹਾ ਗੁਰਦਾਸਪੁਰ। ਇਹ ਉਹਦੇ ਮੂੰਹ 'ਚ ਪਵਾਉਣਾ ਚਾਹੁੰਦੇ ਕਿ ਵੀ ਸੁਨੀਲ ਜਾਖੜ ਦੇ ਉਹ ਵੇਖੋ ਕੱਦ, ਜੇ ਰੱਬ ਤੌਫੀਕ ਦੇਵੇ ਨਾ ਤਾਂ ਆਪਣੇ ਆਪ ਨੂੰ ਇੰਨਾ ਨਹੀਂ ਡੇਗਣਾ ਚਾਹੀਦਾ। ਚਲੋ ਇਹ ਇਹਨਾਂ ਦੀ ਮਰਜ਼ੀ ਆ। ਪੰਜਾਬੀ ਵੀਰੋ, ਮੈਂ ਕੁਛ ਬੰਦਿਆਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਸਾਰਿਆਂ ਨਾਲੋਂ ਵੱਧ ਪੰਜਾਬ ਦਾ ਇਹਨਾਂ ਲੋਕਾਂ ਨੇ ਨੁਕਸਾਨ ਕੀਤਾ। ਮੈਂ ਇੱਕ ਇੰਡਸਟਰੀਅਲਿਸਟ ਸੀ, ਮੈਂ ਅੱਤਵਾਦ ਦੌਰਾਨ ਕਾਰਖਾਨਾ ਬੁੱਟਰ ਚ ਲਾਇਆ ਜਦੋਂ ਉੱਥੇ ਲੋਕ ਇੱਟ ਨਹੀਂ ਲਾਉਂਦੇ ਹੁੰਦੇ ਸੀ। ਬਿਕਰਮ ਮਜੀਠੀਆ ਉਹਨਾਂ ਦਾ ਤਾਂ ਪਤਾ ਹੀ ਨਹੀਂ ਸੀ ਅਤੇ ਲੇਕਿਨ ਜਦੋਂ ਇਹਨਾਂ ਦਾ ਰਾਜ 2007 'ਚ ਆਇਆ ਮੈਂ ਕਿਹਾ ਭਾਈ ਮੇਰਾ ਨੁਕਸਾਨ ਕਰਨਗੇ, ਮੇਰਾ ਕੀ ਇਹਨਾਂ ਨੇ ਪੰਜਾਬ ਦਾ ਨੁਕਸਾਨ ਕੀਤਾ। ਤੁਸੀਂ ਇਹ ਵੇਖੋ, ਮੈਂ 4 ਸ਼ੂਗਰ ਮਿੱਲਾਂ ਹੋਰ ਲਾਈਆਂ, ਉਹਨਾਂ ਨਾਲ ਪਾਵਰ ਪ੍ਰੋਜੈਕਟ ਆ, ਉਹਨਾਂ ਨਾਲ 2 ਡਿਸਟਿਲਰੀਆਂ ਨੇ, ਉਹ ਮੈਂ ਪੰਜਾਬ 'ਚ ਲਾਉਂਦਾ ਤਾਂ ਪੰਜਾਬ ਦੀ ਭਲਾਈ ਹੁੰਦੀ। ਮੈਂ ਉਹ UP 'ਚ ਲਾਈਆਂ, ਉਹ ਕਿਉਂ ਲਾਈਆਂ? ਮੈਨੂੰ ਪਤਾ ਇਹ ਹਲਕੀ ਸੋਚ ਦੇ ਲੋਕ ਆ, ਇਕੱਲੇ ਨਹੀਂ ਹੋਰ ਵੀ ਹੈਗੇ ਇਹੋ ਜਿਹੇ, ਔਰ ਧਰਮ ਦੇ ਨਾਂ ਉਹ ਝੂਠ ਬੋਲਦੇ। ਇੱਕ ਬੰਨੇ ਕਹਿੰਦੇ ਗੁਰਦੁਆਰਾ ਸਾਹਿਬ, ਉਹ ਗੁਰਦੁਆਰਾ ਸਾਹਿਬਾਂ ਨੂੰ ਹੱਥ ਕਰਕੇ ਸੱਚ 'ਤੇ ਬੋਲ ਲਓ। ਤੁਹਾਡਾ ਹਾਲ ਹੀ ਇਸ ਕਰਕੇ ਇੰਨਾ ਮਾੜਾ ਹੋਇਆ ਕਿ ਤੁਸੀਂ ਪ੍ਰਿੰਸੀਪਲ ਓਪੋਜੀਸ਼ਨ 'ਚ ਵੀ ਨਹੀਂ ਆ ਪਾਏ, ਉਹ ਆਮ ਆਦਮੀ ਪਾਰਟੀ ਆ ਗਏ। ਬਹੁਤ ਬੁਰਾ ਹਾਲ ਕੀਤਾ ਤੁਸੀਂ ਅਕਾਲੀ ਦਲ ਦਾ। ਇਹ ਤੁਹਾਡੇ ਵਰਗੇ ਝੂਠ ਬੋਲਣ ਵਾਲੇ, ਧਰਮ ਦੇ ਆੜ 'ਚ ਰਾਜਨੀਤੀ ਕਰਨ ਵਾਲੇ ਝੂਠ ਵੀ ਗੁਰਦੁਆਰਾ ਸਾਹਿਬਾਂ ਨੂੰ ਹੱਥ ਕਰਕੇ? ਉਹ ਯਾਰੋ ਚੈੱਕ ਕਰੋ, ਡਿਪਾਰਟਮੈਂਟ ਆ, ਇਲੈਕਸ਼ਨ ਕਮਿਸ਼ਨ ਆ, ਅਤੇ ਸਜ਼ਾ ਦਿੱਤੀ ਜਾਵੇ ਜੇ ਟਰੱਕ ਉਹਦਾ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV।